ਅਸੀਂ ਚੈਲੰਜ ਕਬੂਲ ਕਰ ਲਿਆ ਲੇਕਿਨ ਉਹ ਆਪਣੀ ਰਾਜਨੀਤੀ ਕਾਮਯਾਬ ਹੋਇਆ ਉਹ ਇਸ ਕਰਕੇ ਕਿ ਅਸੀਂ ਉਹਨੇ ਤੋਂ ਦੋ ਸਵਾਲ ਪੁੱਛੇ ਸਨ ਇਸ ਵਾਰੀ ਤਾਂ ਇਹ ਤਾਂ ਹੁਣੇ ਪਾਰਟੀ ਆਈ ਹੈ ਪਹਿਲਾ ਸਵਾਲ ਬਾਜਵਾ ਸਾਹਿਬ ਨੇ ਕਿਹਾ ਓਏ ਹਰਿਆਣੇ ਵਾਲੇ ਨੇ ਪਾਣੀ ਮੰਗੇ ਨੇ ਸਾਨੂੰ ਕੋਈ ਗੁੱਸਾ ਨਹੀਂ ਹਰਿਆਣੇ ਵਾਲਿਆਂ ਤੇ ਅਸੀਂ ਲੜਾਂਗੇ ਜਿੰਨਾ ਚਿਕਰ ਸਾਡੇ ਚ ਦਮ ਹੋਇਆ ਅਸੀਂ ਮਰਾਂਗੇ ਪਾਣੀ ਨਹੀਂ ਜਾਣ ਦਿਆਂਗੇ ਹਾਂ ਮਰ ਗਏ ਫਿਰ ਪਾਣੀ ਨਾ ਕਿਸੇ ਦਾ ਪਤਾ ਨਹੀਂ ਹਰਿਆਣੇ ਵਾਲੇ ਨੇ ਹੱਕ ਮੰਗਿਆ ਹੈ ਲੇਕਿਨ ਗੁੱਸਾ ਇਹ ਹੈ ਮਨ ਕਿ ਯਾਰ ਪੰਜਾਬ ਦੀ ਧਰਤੀ ਤੇ ਮੰਤਰੀ ਪੰਜਾਬ ਦੀ ਕੋਠੀ ਚ ਬਹਿ ਕੇ ਅਸ਼ੋਕ ਤਵਰ ਪੰਜਾਬ ਤੇ ਪਾਣੀ ਦੀ ਗੱਲ ਕਰੇ ਤੇ ਤੂੰ ਹੱਸ ਪਿਆ ਤੇ ਸਾਨੂੰ ਸਵਾਲ ਪੁੱਛੀ ਜਾਂਦਾ ਭਰਿਆ ਮਾਨ ਸਾਹਿਬ ਤੇ ਦੂਜਾ ਗੁੱਸਾ ਇਹ ਹੈ ਦੂਜਾ ਜ਼ਿਲ੍ਹਾ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਕਹਿਣਾ ਸੀ ਕਿ ਭਰਾਵਾ ਪਾਣੀ ਦੀ ਬੂੰਦ ਨਹੀਂ ਦੇਣੀ ਭਾਵੇਂ ਮਾਰ ਦਿਓ ਸਰਕਾਰ ਜਾਂਦੀ ਤੇ ਜਾਵੇ ਉੱਥੇ ਸਰਕਾਰ ਨੇ ਕਿਹਾ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਇਹ ਤਾਂ ਕਿਸਾਨ ਯੂਨੀਅਨ ਤੇ ਆਪੋਜੀਸ਼ਨ ਪਾਰਟੀਆਂ ਮੇਰ ਬਣਾਉਣ ਨਹੀਂ ਦਿੰਦੀਆਂ ਇਸ ਗੱਲ ਦਾ ਗਿਲਾ ਹੈ ਤੇ ਆਪਦੀ ਗੱਲ ਤੋਂ ਭੱਜ ਕੇ ਗੱਲ ਸਾਡੇ ਵਾਲੇ ਪਾਸੇ ਚਲਾਤੀ ਵੀ ਆ ਜਾਓ ਮੈਂ ਬਹਿਸ ਕਰਨੀ ਤਿਆਰ ਹੈ ਵੈਸੇ ਤਾਂ ਅਸੀਂ ਕਹਿੰਦਾ ਕਿ ਅਸੀਂ ਤਿਆਰ ਹੈ ਤੇ ਕਿਉਂ ਜਮਾਤ ਪਰ ਗੱਲ ਇਹ ਹੈ ਪਹਿਲੀ ਵਾਰੀ ਹੋਇਆ ਡੈਮੋਕਰੇਸੀ ਦੇ ਵਿੱਚ ਕੋਈ ਸੱਤਾਧਾਰੀ ਸਰਕਾਰ ਵਿਰੋਧੀਆਂ ਨੂੰ ਸਵਾਲ ਪੁੱਛਦੀ ਹੈ ਅਸੀਂ ਹੁਣ ਵਿਰੋਧੀ ਦੇ ਚ ਫਰਜ ਤੇਰਾ ਬੰਦਾ ਜਵਾਬ ਦੇਂਦਾ ਸਰਕਾਰ ਤੁਸੀਂ ਚਲਾ ਰਹੇ ਹੋ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਹੋ ਸਾਡੇ 3 ਕਰੋੜ ਲੋਕਾਂ ਨੂੰ ਤੇ ਪੰਜਾਬ ਨੂੰ ਤੇ ਪੰਜਾਬ ਦੀ ਆਪੋਜੀਸ਼ਨ ਨੂੰ ਤੁਸੀਂ ਜਵਾਬ ਦੇਣਾ ਹੈ ਅਸੀਂ ਚੈਲੰਜ ਕਬੂਲ ਕਰ ਲਿਆ ਲੇਕਿਨ ਉਹ ਆਪਣੀ ਰਾਜਨੀਤੀ ਕਾਮਯਾਬ ਹੋਇਆ ਉਹ ਇਸ ਕਰਕੇ ਕਿ ਅਸੀਂ ਉਹਨੇ ਤੋਂ ਦੋ ਸਵਾਲ ਪੁੱਛੇ ਸਨ ਇਸ ਵਾਰੀ ਤਾਂ ਇਹ ਤਾਂ ਹੁਣੇ ਪਾਰਟੀ ਆਈ ਹੈ ਪਹਿਲਾ ਸਵਾਲ ਬਾਜਵਾ ਸਾਹਿਬ ਨੇ ਕਿਹਾ ਓਏ ਹਰਿਆਣੇ ਵਾਲੇ ਨੇ ਪਾਣੀ ਮੰਗੇ ਨੇ ਸਾਨੂੰ ਕੋਈ ਗੁੱਸਾ ਨਹੀਂ ਹਰਿਆਣੇ ਵਾਲਿਆਂ ਤੇ ਅਸੀਂ ਲੜਾਂਗੇ ਜਿੰਨਾ ਚਿਕਰ ਸਾਡੇ ਚ ਦਮ ਹੋਇਆ ਅਸੀਂ ਮਰਾਂਗੇ ਪਾਣੀ ਨਹੀਂ ਜਾਣ ਦਿਆਂਗੇ ਹਾਂ ਮਰ ਗਏ ਫਿਰ ਪਾਣੀ ਨਾ ਕਿਸੇ ਦਾ ਪਤਾ ਨਹੀਂ ਹਰਿਆਣੇ ਵਾਲੇ ਨੇ ਹੱਕ ਮੰਗਿਆ ਹੈ ਲੇਕਿਨ ਗੁੱਸਾ ਇਹ ਹੈ ਮਨ ਕਿ ਯਾਰ ਪੰਜਾਬ ਦੀ ਧਰਤੀ ਤੇ ਮੰਤਰੀ ਪੰਜਾਬ ਦੀ ਕੋਠੀ ਚ ਬਹਿ ਕੇ ਅਸ਼ੋਕ ਤਵਰ ਪੰਜਾਬ ਤੇ ਪਾਣੀ ਦੀ ਗੱਲ ਕਰੇ ਤੇ ਤੂੰ ਹੱਸ ਪਿਆ ਤੇ ਸਾਨੂੰ ਸਵਾਲ ਪੁੱਛੀ ਜਾਂਦਾ ਭਰਿਆ ਮਾਨ ਸਾਹਿਬ ਤੇ ਦੂਜਾ ਗੁੱਸਾ ਇਹ ਹੈ ਦੂਜਾ ਜ਼ਿਲ੍ਹਾ ਇਹ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਤੁਸੀਂ ਕਹਿਣਾ ਸੀ ਕਿ ਭਰਾਵਾ ਪਾਣੀ ਦੀ ਬੂੰਦ ਨਹੀਂ ਦੇਣੀ ਭਾਵੇਂ ਮਾਰ ਦਿਓ ਸਰਕਾਰ ਜਾਂਦੀ ਤੇ ਜਾਵੇ ਉੱਥੇ ਸਰਕਾਰ ਨੇ ਕਿਹਾ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਇਹ ਤਾਂ ਕਿਸਾਨ ਯੂਨੀਅਨ ਤੇ ਆਪੋਜੀਸ਼ਨ ਪਾਰਟੀਆਂ ਮੇਰ ਬਣਾਉਣ ਨਹੀਂ ਦਿੰਦੀਆਂ ਇਸ ਗੱਲ ਦਾ ਗਿਲਾ ਹੈ ਤੇ ਆਪਦੀ ਗੱਲ ਤੋਂ ਭੱਜ ਕੇ ਗੱਲ ਸਾਡੇ ਵਾਲੇ ਪਾਸੇ ਚਲਾਤੀ ਵੀ ਆ ਜਾਓ ਮੈਂ ਬਹਿਸ ਕਰਨੀ ਤਿਆਰ ਹੈ ਵੈਸੇ ਤਾਂ ਅਸੀਂ ਕਹਿੰਦਾ ਕਿ ਅਸੀਂ ਤਿਆਰ ਹੈ ਤੇ ਕਿਉਂ ਜਮਾਤ ਪਰ ਗੱਲ ਇਹ ਹੈ ਪਹਿਲੀ ਵਾਰੀ ਹੋਇਆ ਡੈਮੋਕਰੇਸੀ ਦੇ ਵਿੱਚ ਕੋਈ ਸੱਤਾਧਾਰੀ ਸਰਕਾਰ ਵਿਰੋਧੀਆਂ ਨੂੰ ਸਵਾਲ ਪੁੱਛਦੀ ਹੈ ਅਸੀਂ ਹੁਣ ਵਿਰੋਧੀ ਦੇ ਚ ਫਰਜ ਤੇਰਾ ਬੰਦਾ ਜਵਾਬ ਦੇਂਦਾ ਸਰਕਾਰ ਤੁਸੀਂ ਚਲਾ ਰਹੇ ਹੋ ਪੰਜਾਬ ਦਾ ਮੁੱਖ ਮੰਤਰੀ ਤੁਸੀਂ ਹੋ ਸਾਡੇ 3 ਕਰੋੜ ਲੋਕਾਂ ਨੂੰ ਤੇ ਪੰਜਾਬ ਨੂੰ ਤੇ ਪੰਜਾਬ ਦੀ ਆਪੋਜੀਸ਼ਨ ਨੂੰ ਤੁਸੀਂ ਜਵਾਬ ਦੇਣਾ